رب محمد و آل محمد وجل فرج قائم آل محمد بسم اللہ الرحمن الرحیم اللہم اجل قلبی بارم وملی سارم و شکارم و رزقی دارم و اولادی ابرارم وجلین دقبر نبی کا محمد مصطفیٰ صلی اللہ علیہ وآلہ وسلم مستقرم و قرارم برحمت کیاں اور خمر راہمین بے حق کے محمد و آل طاہرین باواز بلند صلوات پڑھو سلوات پڑھنا تو عظیم عبادت ہے جتنے بندے بیٹھے ہوئے ہیں سلوات پڑھو چھوڑا راضی ہو جاؤ کوشش کرو سادات اجی سلوات نعرے تکبیر اللہ اکبر اللہ دا نام آج بلند چاہو اللہ نے کائنات تے بڑی نعمت اتاری ہیں لیکن تیرا رجب کو کعبے دے ان سنتر شیان علی کو علی جیسا امام کا تو کیتے نام چاہونا عظیم عبادت ہے مل کے چاہو نعرے تکبیر نعرہ رسالت نعرہ حیدری یا علی علیہ السلام تواڈی زندگی میں اجازت ہے جی ذکر پاک دی ابتدا کر دے ماں بسم اللہ خیر جی عظیم تحفہ جلی نہ دیندا ولا نہ دیندا ولی نہ دیندا اے تیرا رجب تسا گزارے نشا جی جتنے علی بادشاہ دے نوکر آئے بیٹھے ہو عظیم تحفہ جلی نہ دیندا ولا نہ دیندا ولی نہ دیندا زوار دس کیا بنے ساڈا جی اللہ سکو علی نہ دیندا سارے بندے بھائی حیدری اعوذ باللہ من الشیطان الرجیم بسم اللہ رحمان رحیم صلوات الحمدللہ اے رب العالمین والعاقبت للمتقین والجنات للمؤمنین صلوات تو وسلام والا من کان نبی آدم بین الماء والتین شفیعا مذنبین بالقاسم محمد خدا کا چین محمد کا چین راضی ہو اس تو بڑی دعا نہیں دے سکتا شرازی صاحب سر چوے آئے دیکھائے میرے پاس سے قادر میں چار سطرہ سردار تو آرے قدمات اطلاع کے پڑھنا جانا خدا کا چین یہ دعا ہے تو سامین آکھ لیے خدا خدا کا چین محمد کا چین راضی ہو یہ لازمی ہے شاہ مشرقین راضی ہو بتا دیا نبی کے طویل سجدے نے نماز اس کی ہے جس پر حسین بسم اللہ پاڑی دنیا حب اللہ دی حسین حب دا مطلب محبت حسنین بھائی بندے جتنے بیٹھے ہیں میں ہر مقام تے آدھا بھائی علی دے منن والا ایتھوں منن والا ایک ہوے نا وہ ہزاراں تے لکھاں تے بھاری ہوندے اے تو وقت علی دی اولاد ادے آئے بیٹھے ہو تے ادے علی دے نوکر آئے بیٹھے ہو اور کتنے لکھاں تے بھاری ہو میں قصیدے شروع کر دیتے
ਹੁਬ ਦਾ ਮਤਲਬ ਹੈ ਮੁਹੱਬਤ। ਅੱਲਾ ਦੀ ਮੁਹੱਬਤ ਕੌਣ ਹੈ ਬਾਬਾ ਜੀ? ਅੱਲਾ ਦੀ ਮੁਹੱਬਤ ਕੌਣ ਹੈ? ਹੁਬ ਅੱਲਾ ਦੀ ਹੁਸੈਨੇ, ਹੁਬ ਅੱਲਾ ਦੀ ਹੁਸੈਨੇ, ਹੁਬ ਅੱਲਾ ਦੀ ਹੁਸੈਨੇ, ਹੁਬ ਅੱਲਾ ਦੀ ਹੁਸੈਨੇ। ਓ ਅਕੀਦਾ ਬਣਾ ਲੈ ਐਵੇਂ ਰੁੱਝ ਨਹੀਂ ਅਵਾਰਾ, ਆਜ਼ਾਰਾ ਦੀ ਦੁਆ ਲੈ। ਇਹ ਹੱਥ ਸਲਾਮਤ ਰਹਿਣ ਜਿਹੜੇ ਹੁਸੈਨ ਨੂੰ ਸਲਾਮ ਕਰ, ਬਿਸਮਿਲਲਾ ਯਾ ਐਵੇਂ ਰੁੱਝ ਨਹੀਂ ਅਵਾਰਾ, ਆਜ਼ਾਰਾ ਦੀ ਦੁਆ ਲੈ, ਜ਼ਾਰਾ ਦੀ ਦੁਆ ਲੈ। ਮੇਰੀ ਮਜਬੂਰੀ ਹੈ ਤੁਹਾਡੀ ਦੁਆ ਸਦਕਾ, ਜਿਹੜੀ ਚੀਜ਼ ਪੜ੍ਹਦਾ ਉਹ ਆਪਣੀ ਕਰਕੇ ਪੜ੍ਹਦਾ ਬਾਬਾ ਜੀ। ਅੱਜ ਤੱਕ ਕਿਸੇ ਦੀ ਨਕਲ ਨਹੀਂ ਲਾਈ, ਇਹ ਤੁਹਾਡੀ ਖਸੂਸੀ ਦੁਆ ਹੈ। ਹੁਣ ਫਿਕਰਾ ਪੜ੍ਹਨਾ ਚਾਹੁੰਦਾ, ਈਦ ਦੀ ਦੀਵਾਰ ਹਸਨੈਨ ਸ਼ਰੀਫੈਨ, ਟੁਰਦੇ ਟੁਰਦੇ ਨਾਨੇ ਦੇ ਕੋਲ ਆਏ, ਇਹ ਲਫ਼ ਸੁਣਿਆ ਹੈ। ਹਸਨ ਇਮਾਮ ਤਾਂ ਚੁੱਪ ਰਹੇ, ਕਾਇਨਾਤ ਦਾ ਮੋਹਸਨ ਅੱਗਾ ਵੱਧ ਕਿਆ ਦੇ, ਨਾ ਨਾ ਅੱਜ ਈਦ ਮੈਂ ਹੁਸੈਨ, ਨਾ ਨਾ ਕੱਪੜੇ ਤੌਨੇ ਆਣ। ਹਸਨੈਨ ਸ਼ਰਾਜ਼ੀ ਤੁਹਾਡੀ ਦਾਦੀ ਜ਼ਾਰਾ ਤੁਸਾਂ ਤੇ ਰਾਜ਼ੀ ਹੋਵੇ, ਕੱਪੜੇ ਤੌਨੇ ਆਣ ਜਿਹੜੇ ਅੰਮਾ ਜੰਨਤ 'ਚੋਂ ਮੰਗਾ ਦਿੱਤੇ ਹਨ। ਖਾਤੂ ਨੇ ਜੰਨਤ ਜੋ ਹੈ, ਬੰਦਾ ਆਪਣੇ ਘਰ ਦੇ ਵਿੱਚ ਕੋਈ ਚੀਜ਼ ਚਾਹੇ ਤਾਂ ਕਿਸੇ ਕੋਲ ਪੁੱਛਦਾ, ਉਹਨਾਂ ਦੇ ਜੋ ਘਰ ਹੈ। ਨਾ ਨਾ ਹੁਣ ਸਵਾਰੀ, ਹੁਣ ਸਵਾਰੀ ਸ਼ੁਏਬ ਤੇਰੇ ਵਾਸਤੇ ਦਾ ਕੰਮ ਹੀ ਨਹੀਂ, ਤੈਨੂੰ ਲੱਭਦੇ ਹੀ ਉਹ ਜਾਂ ਜ਼ੇਬ ਗਿਆ ਪੈਂਚਰ ਲਵਾਵਾਂ, ਉਹ ਹੀ ਹੈ ਸਭ ਕੁਝ, ਇਹਨਾਂ ਨੂੰ ਨਹੀਂ ਲੱਭਦੇ। ਕਸੀਦਾ ਪੜ੍ਹਨਾ ਚਾਹੁੰਦਾ, ਨਾ ਨਾ ਸਵਾਰੀ ਦੇ, ਨਾ ਨਾ ਸਵਾਰੀ ਦੇ, ਨਾ ਨਾ ਸਵਾਰੀ ਦੇ, ਗਾਜ਼ੀਆਬਾਦ ਵਾਲਿਓ ਗੋਡਿਆਂ 'ਤੇ ਹੋ ਕੇ ਹੁਸੈਨ ਨੂੰ ਸਲਾਮ ਕਰੋ, ਤੁਹਾਡੀ ਦਾਦ ਘੱਟ ਹੋ ਸੀ, ਨੌਕਰ ਦਾ ਫਿਕਰਾ ਵਜ਼ਨੀ ਹੋ ਸੀ, ਸਰ ਚੌ ਦੇਖੋ ਮੇਰੇ ਪਾਸੇ ਸਵਾਰੀ ਦੇ, ਪੁੱਤਰਾਂ ਦੀ ਮਰਜ਼ੀ ਡਿੱਠੀ, ਵੱਧ ਸੋਚੇ ਮੁਸਤਫਾ ਮੈਂ ਹਾਂ ਦੀ ਮਰਜ਼ੀ 'ਤੇ ਚੱਲਣ ਵਾਲਾ। ਹੁਸੈਨ ਮਜਬੂਰ ਕਰੇ ਦੇ ਬਾਬਾ ਜੀ ਕਿਆ ਕਰਾਂ ਕਿਆ ਕਰਾਂ, ਦੇ ਅੱਲਾ ਨਾਲ ਮਸ਼ਵਰਾ ਕਰੇ ਨਾ। ਹੁਣ ਮਸ਼ਵਰਾ ਸੁਣਨਾ ਹੈ, ਸਰਕਾਰ ਪੇ ਫਰਮਾਨੇ, ਤੁਸੀਂ ਜਾ ਕੁੰਦਾ ਤੁਹਾਡੀ ਮਰਜ਼ੀ ਤੇਰੀਆਂ, ਮੈਂ ਤੂੰ ਮੰਗਦੇ ਸਵਾਰੀ ਤੁਹਾਡਾ ਛੇਕੜੀ ਨਬੀ। ਅਗਲੀਆਂ 70 ਤੇ ਉਸ ਬੰਦੇ ਦੇ ਪੈਰ 'ਚ ਮੈਂ ਸਾਂ ਜਿਸ ਹੱਕ ਅਦਾ ਕੀਤਾ, ਮੈਂ ਤੂੰ ਮੰਗਦੇ ਸਵਾਰੀ ਤੁਹਾਡਾ ਛੇਕੜੀ ਨਬੀਆਂ। ਅੱਲਾ ਪਾਕ ਫਰਮਾਇਆ, ਅੱਲਾ ਪਾਕ ਫਰਮਾਇਆ, ਕਮਲੀ ਮੋਢਿਆਂ ਤੂੰ ਲਾ ਲੈ, ਹੈ ਨੀ ਬਚਣੇ ਅਲੀ ਦੇ, ਬਿਸਮਿਲ੍ਲਾ ਪੜ ਕੇ ਜਾ। ਕਿਆ ਬਾਤ ਹੈ, ਹੱਥ ਬੁਲੰਦ ਕਰੀ, ਹੱਥ ਬੁਲੰਦ ਕਰੀ, ਜ਼ਿੰਦਗੀ ਉਹ ਵੀ ਹੈ ਦਰੀ। ਬੜੀ ਮਿਹਰਬਾਨੀ ਬਾਬਾ ਜੀ, ਬਿਸਮਿਲ੍ਲਾ ਕਰਾਂ ਜੀ, ਬਾਬਾ ਜੀ ਬਿਸਮਿਲ੍ਲਾ ਕਰਾਂ, ਬਿਸਮਿਲ੍ਲਾ ਭਾਈ। ਤੁਹਾਡੇ ਵਾਸਤੇ ਹੁਣ ਨਵੇਂ ਅੰਦਾਜ਼ ਨਾਲ ਆਖਣਾ ਚਾਹੁੰਦਾ, ਲੇਕਿਨ ਮੇਰੀ ਥੋੜ੍ਹੀ ਮਜਬੂਰੀ ਹੈ, ਮੈਂ ਦੀ ਵਜ੍ਹਾ ਤੋਂ ਬਾਬਾ ਜੀ ਮੇਰੀ ਆਵਾਜ਼ ਖੁਸ਼ਕ ਪਈ ਜਾਂਦੀ ਹੈ, ਲੇਕਿਨ ਬੜੇ ਜਸ਼ਨ ਪੜੇ, ਲੇਕਿਨ ਫਿਰ ਪੜ੍ਹਨਾ ਮੁਸਤਫਾ ਪਿਆ ਦਿਲ, ਤੁਸੀਂ ਯਾ ਕੁੰਦਾ ਮਰਜ਼ੀ ਤੇਰੀਆਂ, ਮੈਂ ਤੋਂ ਮੰਗਦੇ ਸਵਾਰੀ ਤੁਹਾਡਾ ਛੇਕੜੀ ਨਬੀਆਂ। ਅੱਲਾ ਪਾਕ ਫਰਮਾਇਆ, ਅੱਲਾ ਪਾਕ ਫਰਮਾਇਆ, ਕਮਲੀ ਮੋਢਿਆਂ ਤੂੰ ਲਾ ਲੈ, ਜਿਹਦੀਆਂ ਕਸਮਾਂ ਚਾਹੁੰਦਾ ਨੀ ਬਚਣੇ ਅਲੀ ਦੇ, ਬਿਸ ਮਿਲਾ ਪੜ ਕੇ ਚਾਲ। ਕੀ ਬਾਤ, ਜ਼ਿੰਦਗੀਆਂ ਯਾ ਅਲੀ ਲੱਗ ਗਿਆ ਜੀ। ਬਿਸਮਿਲ੍ਲਾ, ਬਿਸਮਿਲ੍ਲਾ ਹਸਨੈਨ ਭਾਈ, ਬਿਸਮਿਲ੍ਲਾ ਕਰਾਂ, ਬਹੁਤ ਬੜਾ ਸ਼ੇਰ ਹੈ। ਔਰ ਇੱਕ ਕਸੀਦਾ ਮੈਂ ਹਰ ਮਕਾਮ 'ਤੇ ਹੀ ਨਹੀਂ ਪੜ੍ਹਦਾ,
ਮਿਆਰ ਵਾਲੇ ਬੰਦੇ ਆਉਂਦੇ ਨੇ, ਮਾਲਕ ਤੋਂ ਗੁਠੇਰ ਦੇ, ਬਾਬਾ ਜੀ ਬੜੀ ਗੱਲ ਹੈ, ਬਹੁਤ ਵੱਡੀ ਗੱਲ ਹੈ, ਕਮਲੀ ਉਹ ਪਿਆ ਦੇ ਜਾਂਦੀ ਕਸਮਾਂ ਅੱਲਾ ਚਾਹੁੰਦਾ ਹੈ। ਮੁਸਤਫਾ ਮੁਸਕਰਾ ਕੇ ਅਗਲੇ ਅੰਦਾਜ਼ ਦੇ ਨਾਲ, ਤੁਸੀਂ ਤੁਹਾਡੀ ਮਰਜ਼ੀ ਦਰੀਆਂ ਮੈਂ ਤੂੰ ਮੰਗਦੇ ਸਵਾਰੀ ਤੁਹਾਡਾ ਛੇਕੜੀ। ਨਬੀਆਂ ਤੇ ਅੱਲਾ ਪਿਆ ਦੇ ਸੁੱਚੇ ਦਾ ਕਿਆ ਪਿਆ ਹੈ, ਸੁੱਚੇ ਦਾ ਕਿਆ ਪਿਆ ਹੈ। ਅੱਲਾ ਪਾਕ ਫਰਮਾਇਆ, ਅੱਲਾ ਪਾਕ ਫਰਮਾਇਆ, ਕਮਲੀ ਮੋਢਿਆਂ ਤੂੰ ਨਾਲ ਹੈ ਨੀ ਬਚਣੇ ਅਲੀ ਦੇ ਬਿਸ ਮਿਲਾ ਪੜ ਕੇ ਚਾਲ। ਬਿਸਮਿਲ੍ਲਾ, ਬੜੀ ਮਿਹਰਬਾਨੀ। ਫਿਕਰ ਅਗਲਾ ਪੜ੍ਹਨਾ ਚਾਹੁੰਦਾ ਜੀ ਭਾਈ, ਤੁਸੀਂ ਹੁਣ ਮੈਂ ਕੀ ਆਖਾਂ, ਕਾਲਾ ਤਾਮਣੀ ਜਾਗਣਾ ਭਾਈ ਜਾਨ, ਫਿਕਰਾ ਪੜ੍ਹਨਾ ਚਾਹੁੰਦਾ। ਇਯਾ ਹੁਸੈਨ ਮਸਜਿਦ ਨਬੀ ਮੁਸਤਫਾ ਨਮਾਜ਼ ਚ, ਤਵੱਜੋ ਹੈ ਸਾਰਿਆਂ ਦੀ, ਮੁਸਤਫਾ ਨਮਾਜ਼ ਚ ਭਾਈ ਜਾਨ ਓ ਕਿਬਲਾ ਕੰਨ ਤੇ ਹੁਸੈਨ ਤੌਜ਼ੀ ਲੰਮੀ ਨਹੀਂ ਕਰਦਾ। ਹੁਣ ਅੱਲਾ ਦੇ ਮੈਂ ਸਰ ਚਾਵਾਂ ਤਾਂ ਹੁਸੈਨ ਢਾਂਦਾ ਹੈ, ਸਜਦਾ ਵਧਾਵਾਂ ਤਾਂ ਮਥੋਂ ਕੁਨਾ ਗਵਾਰ ਗੁਜ਼ਰੇ। ਜਬਰੀਲ ਦਾ ਨਜ਼ੂਲ ਹੋਇਆ, ਕਦਮ ਬੋਸੀ ਕਰਕੇ ਪਿਆ ਦੇਣ, ਕਦਮ ਬੋਸੀ ਕਰਕੇ ਫਿਕਰਾ ਪੜ੍ਹਨਾ ਚਾਹੁੰਦਾ। ਕਦਮ ਬੋਸੀ ਕੀਤੀ ਆ ਦੇ, ਯਾ ਰਸੂਲਿਲਾ ਅੱਲਾ ਦੀ ਤਰਫੋਂ ਆਇਆ, ਵਹੀ ਲੈ ਕੇ ਆਇਆ। ਅੱਲਾ ਪਿਆ ਦਈ ਤੇਰੀ ਕੰਡ ਦਾ ਬਣਾ ਕੇ ਜਿਹੜਾ ਬੈਠੇ ਮੁਸਲਨਾ ਵੀ ਮੇਰੇ ਬਾ ਗੁਹਾਈਆ ਸਾਰੀ ਦੁਨੀਆ ਤੇ ਕੱਲਾ ਇਹਨੂੰ ਕੰਨ ਤੋਂ ਨਾ ਲਾਵੀ, ਇਹਨੂੰ ਕੰਨ ਤੋਂ ਨਾ ਲਾਵੀ, ਬੇਸ਼ੱਕ ਸਜਦਾ ਵਧਾ ਲੈ ਅੱਜ ਇੱਕ ਮਨ ਇਸ ਦੀ ਕੱਲ ਲੱਖਾਂ ਮਨਵਾ ਲੈ। ਬਿਸਮਿਲ੍ਲਾ ਆਓ, ਬਿਸਮਿਲ੍ਲਾ, ਬਿਸਮਿਲ੍ਲਾ ਬਾਬਾ ਜੀ, ਕਸੀਦਾ ਇੱਕ ਹੁਸੈਨ ਬਾਦਸ਼ਾਹ ਦਾ ਹੋਰ ਪੜ੍ਹਦਾ, ਕਿਬਲਾ ਸਾਨੂੰ ਮੈਂਬਰ ਦੇਵਾਂ, ਤਵੱਜੋ ਹੈ ਸਾਰਿਆਂ ਦੀ, ਪੜ੍ਹਾਂ ਕਿ ਨਾ ਪੜ੍ਹਾਂ ਕਸੀਦਾ। ਅੱਲਾ ਕੋਈ ਨਹੀਂ ਬਣਾਇਆ ਹਮ ਸੇ ਹੁਸੈਨ ਦਾ, ਅੱਲਾ ਕੋਈ ਨਹੀਂ ਬਣਾਇਆ ਹਮ ਸੇ ਹੁਸੈਨ ਦਾ, ਕੋਈ ਤਾਂ ਹੱਥ ਤਾਂ ਖੋਲ ਕੇ ਹੱਥ ਬਲਾ ਹੈ ਤਰੀ ਹਮ ਸੇ ਹੁਸੈਨ ਦਾ, ਅੱਲਾ ਕੋਈ ਨਹੀਂ ਅੱਲਾ ਹਮ ਸੇ ਹੁਸੈਨ ਦਾ, ਅੱਲਾ ਕੋਈ ਨਹੀਂ ਬਣਾਇਆ ਹਮ ਸੇ ਹੁਸੈਨ ਦਾ, ਅੱਲਾ ਕੋਈ ਨਹੀਂ ਬਣਾਇਆ ਹੁਸੈਨ ਦਾ, ਅੱਲਾ ਕੋਈ ਨਹੀਂ ਬਣਾਇਆ ਹਮ ਸਰ ਹੁਸੈਨ ਦਾ, ਅੱਲਾ ਕੋਈ ਨਹੀਂ ਬਣਾਇਆ। ਸੋਹਣਾ ਪਿਆ ਸੁਣਦੇ ਹੋ, ਹੁਣ ਸਰ ਚਾਓ ਹੁਸੈਨ ਜੀ ਜੋ ਕੋਈ ਨਹੀਂ, ਵਜ੍ਹਾ ਕਿਆ ਹੈ ਜੋ ਹੁਸੈਨ ਜਾ ਕੋਈ ਨਾ ਹੋਵੇ ਤਾਂ ਹੱਥ ਕੋਈ ਐਸਾ ਨਾ ਹੋਵੇ ਜਿਹੜਾ ਬਾਦਸ਼ਾਹ ਨੂੰ ਸਲਾਮ ਨਾ ਕਰੇ। ਸਰ ਚਾਓ ਮੈਂ ਪੈਦਾ ਹਾਂ ਬਾਈ, ਅੱਲਾ ਕੋਈ ਨਹੀਂ ਬਣਾਇਆ ਹਮ ਸਰ ਹੁਸੈਨ ਦਾ, ਅੱਲਾ ਕੋਈ ਨਹੀਂ ਬਣਾਇਆ, ਅੱਲਾ ਕੋਈ ਨਹੀਂ ਬਣਾਇਆ, ਅੱਲਾ ਕੋਈ ਨਹੀਂ ਬਣਾਇਆ ਹਮ ਸਰ ਹੁਸੈਨ ਦਾ, ਤਾਈ ਜਾਰੀ ਜ਼ਿਕਰ ਹੈ ਘਰ ਘਰ ਹੁਸੈਨ ਦਾ, ਤਾਈ ਜਾਰੇ ਜ਼ਿਕਰ ਹੈ ਘਰ ਘਰ ਹੁਸੈਨ ਦਾ। ਤੁਹਾਡੀ ਤੁਹਾਡੀ ਵੀ ਕਿਆ ਬਾਤ ਹੈ, ਮਿਲਾਓ ਥੋੜਾ ਜਿਹਾ ਹੈ ਦਰੀ, ਤਾਈ ਜਾਰੀ ਜ਼ਿਕਰ ਹੈ ਘਰ ਘਰ ਹੁਸੈਨ ਦਾ, ਅੱਲਾ ਕੋਈ ਨਹੀਂ ਬਣਾਇਆ ਹਮ ਸਰ ਹੁਸੈਨ ਦਾ। ਕੋਈ ਬੰਦਾ ਵੱਡਾ ਸਖੀ ਹੋਵੇ, ਬੰਦਿਆ ਦੇ ਇਹ ਸਖੀ ਤੇ, ਲੇਕਿਨ ਇਹਦਾ ਪਿੱਛ ਵੇਖੋ, ਇਹਦੇ ਪਿਓ ਵੇਖੋ, ਇਹਦਾ ਪਿਓ ਵੇਖੋ, ਨਾਨਾ ਵੇਖੋ, ਮਾਂ ਪਿਓ ਵੇਖੋ। ਆਓ ਮੈਂ ਤੁਹਾਨੂੰ ਹੁਸੈਨ ਦਾ ਪਿੱਛ ਦੱਸਾਂ, ਜੋ ਹੁਸੈਨ ਲਜਪਾਲ ਹੈ ਵਜ੍ਹਾ ਕਹਿ ਮੈਂ ਪਿਆਦਾ, ਨਾਨਾ ਪਾਕ ਹੁਸੈਨ ਦੇ ਕੁੱਲ ਨਬੀਆਂ ਦਾ ਸਰਦਾਰੇ, ਨਾਨਾ ਪਾਕ ਹੁਸੈਨ ਦੇ ਕੁੱਲ ਨਬੀਆਂ ਦਾ ਸਰਦਾਰੇ, ਅਮਰੀ ਸੈਨ ਬਤੂਲੇ ਦੇ ਤਤਹੀਰ ਦੀ ਪਰਦਾਦਾਰੇ, ਬਾਬਾ ਸਾਰੇ ਵਲੀਆਂ ਦਾ ਅਫਸਰ ਹੁਸੈਨ ਦਾ, ਬਾਬਾ ਸਾਰੇ ਵਲੀਆਂ। ਸੋਹਣਾ ਪਿਆ ਸੁਣ ਕੇ,
अली शिराजी की जिंदगी होवे, हसनैन भाई के भतीजा की जिंदगी होवे, विरामा दे जोर सलामत रवे, जै मकसद वास्ते मजलस करवाई गई है वो मकसद पूरा होवे, मरहूमीन दे दर्जात बुलंद होवे, इसला के तरह दंद नज़ूल होवे। कुछ बंदे आते हैं साड़ी गली दे विच हुसैन दा घोड़ा न लैके आओ, असी जुलजना आ दें ना छबी आ दें, क्यों न लैके आवीए जिन्हों को हुसैन का बचपन याद है, सजे मोडे ते हसन खब्बे ते हुसैन, हुसैन दे हाथ च वलैल दिया जुल्फां, जिहड़ा बंदा आ दें जो हुसैन का घोड़ा गली नारे आऊं दे नाल गल करके प्या दिया बोझो हुसैन दे नाले वे ते जुलजन वेख के चिड़दे, बोझो हुसैन दे नाले वे ते जुलजन वेख के चिड़दे, पाक रसूल नु रोके क्यों नालशिया दे फिर दे घोड़ा बनदा रियाई सरवर हुसैन दा घोड़ा बनदा रियाई हर जगह रो है डरी हुसैन दा घोड़ा बनदा रियाई सरवर हुसैन दा घोड़ा बनदा रियाई बीबी बीबियां दिए जिंदान दिए जिंदान दे विच मैं मर वजने वो मैं कूं शाम दे विच दफनाए नहीं हो बिल फरज कोई मजबूरी हो भी मेरा कबार निशान आवाज आंदिया थकाया भी रोल तेरी मिलत करेंदी सदका कफान सजाद यजीद देवी मैं कूदा कफान पवाए नहीं बीबी आदिए इया मैला चोला काफी है एहसान किसे दा आवाज आदिए रात न रो बेबी रो न लो करा दिया दे पर दिया लग दबाक लग दबाक लग दबाक इतना मैं पढ़ना जी मैं फिर पढ़ देना मैं थोड़े नौकर जी बिस्मिल्लाह करा मैं तेरे नौकर मैं बंद फिर पढ़ देना बीबी आदिया जिंदान दे मैं मर वजना मैं कुशाम दे विच दफना नहीं हो बिल फराज जे कोई मजबूरी हो भी मैं दा कबार निशान चलो यो जो वक्त तंजे जा पड़दा नौकरा तेरा भाई जान नौकरा यजीद देवी मैं कूदा कफाल पवाए नहीं बीबी आदि ओ मेला चोला काफी है एहसान किसे दा कफन दे जोड़ी दो या चार मिनट में और पढ़ना है किबला साहब ही बैठ मैं बिस्मिल्लाह करा शाम दा ओ जिंदान जी अजा भाई जी मैं बिस्मिल्लाह करा थोड़ा नौ करा अगली गलबात सुनो कादर तू प्याद है बार बार प्याद है मैं गल करना चाहना कोई गरीब तू ही गरीब हो ऊं दे रिश्तेदार जेड़े वेले दफन करे दे ना कुछ दिन दे बाद उन्हां दी हसरत आउंदी है जो सोनी कबर बनवाए लोग बड़े खर्चे करे दे ना मिंबर दी कसम जख्मी भिराए वाह भाई वाह वाह भाई वाह जख्मी भेड़े कितना बिरा जख्मी है बिरा दी अखियां चुखू ने भेड़ दे कला चुरत चलो जे समझ आ जावी ता बिरा दी कण जख्मी है भेड़ दा मुंह जख्मी है आदि पई और रत्रो वाला ला ओ मेरा थका होया वीरो ओ मेरा गए कु कुछ ना आखण वाला सजाद मिलत ना अज कुछ पिन दी है बहनी वाले बिरा बैठे हो
ਜਦਾ ਕਿ ਤੂੰ ਨਪਿੰਦੀਆਂ ਤੇ ਇਮਾਮ ਦੀ ਰਤ ਵਧੀਏ ਬੇਰਾਜ ਜਿਹੜਾ ਗਰੀਬ ਹੋਵੇ ਬਹਿਣ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਤਾਂ ਝੋਲੀ ਜਾ ਕੇ ਪਿਆ ਦਾ ਗਾਜ਼ੀਆਬਾਦ ਵਾਲੋ ਸ਼ਲਕੈਂ ਦੀਦੀ ਦੁਖੀ ਨਾ ਹੋ ਅਗਲੀ ਦੁਆ ਮੰਗਦਾ ਜਲ ਕੇ ਦੀਦੀ ਜ਼ਖਮੀ ਨੋਰੇ ਇਹ ਤਵਜਾਈ ਤਾਂ ਸ਼ੀਆ ਵਦੇ ਰੋਨੇ ਜ਼ਖਮੀ ਵੀ ਦਾਦੀ ਆਈ ਦੁਖੀ ਵੀ ਦਾਦੀ ਆਈ ਜਿਹੜੇ ਵੇਲੇ ਅਗਰ ਮੈਂ ਪਿੰਦੀ ਹਾਂ ਰਤ ਵਧੀ ਹੈ ਫਰਮੈਂਦੇ ਭੈਣ ਮਾਜ਼ੂ ਮਾਜ਼ੂ ਚ ਕੇ ਮੰਗੇ ਵਤਨ ਨਹੀਂ ਮੈਂ ਕਹਿੰਦੀ ਹਾਂ ਰਾਤ ਵਧੀ ਹੋਈ ਡਿੱਠੀ ਹੈ ਅੱਖੀਆਂ ਚੁੰਮ ਕੇ ਆ ਦਿਆ ਰਾਤ ਕੋਈ ਕਿਉਂ ਵੱਧ ਗਈ ਆਈ ਮੈਂ ਕੋਈ ਕਫਨ ਮੰਗਣਾ ਵਾਹ ਬਾਈ ਵਾਹ ਤਾਂ ਬੜੀ ਮਨਜ਼ੂਰੀ ਵਾਲੀ ਮੁਕਾਮ ਛੋਟ ਤੈ ਮਜ਼ਮੂਨ ਲੰਬਾ ਨਾ ਹੋ ਜਾ ਕੋਈ ਕਫਨ ਪੀ ਮੰਗਦੀ ਹਾਂ ਕਹਿੰਦੀ ਜਦਣ ਦਾ ਬਾਬਾ ਮਾਰ ਮੈਂ ਕੋਈ ਘੋੜੇ ਨਾਲ ਭਜਣ ਦੇ ਰਹਿਣ ਤੈ ਕੋ ਨਹੀਂ ਦੱਸ ਸਜਾਦ ਮੈਂ ਕੋ ਵਖਰੇ ਉੱਠ ਤੇ ਬੁਲਾਇਆ ਨੇ ਇਹ ਕਰਾਮੀ ਉਠ ਕੋ ਦਾਦੀਆਂ ਨਾ ਮਾਰਾ ਦਾ ਉਠ ਕੋ ਲੱਗਾ ਤੇ ਮੇਰੇ ਪੈਰ ਤੇ ਲੱਗਾ ਕਰ ਮਾਤਮ ਨੀ ਦੀ ਧੀਰਾ ਦੀ ਹੋਈ ਮੈਂ ਕੋ ਮਰੇ ਦੇ ਰਹਿਣ ਮੈਂ ਕੋਈ ਗੱਲਾਂ ਨਹੀਂ ਕੀਤਾ ਤੈ ਕੋ ਨਹੀਂ ਦੱਸਿਆ ਦੁੱਖ ਦਿਲੇ ਚਨਾ ਅਰਮਾਨ ਦਰਦ ਦਿਲ ਦੇ ਵਿੱਚ ਮਹਿਫੂਜ਼ ਹਨ ਸਜਾਦ ਨਾ ਮੈਂ ਪਾਣੀ ਮੰਗਣਾ ਜੋ ਮੈਂ ਦੱਸੇ ਦੀਦੀ ਹਾਂ ਨਾ ਮੈਂ ਖਾਣਾ ਮੰਗਣਾ ਹੈ ਅੱਗੇ ਦੀ ਕੁਝ ਨਾ ਮੰਗਦੀ ਮਿੰਨਤ ਨਾ ਥੱਕ ਪਈਆਂ ਬਾਬਾ ਮਿਲਾ ਵਾਹ ਬਾਈ ਵਾਹ ਇਹ ਮਨਜ਼ੂਰੀ ਵਾਲੀ ਮਿੰਨਤ ਬਾਬਾ ਜੀ ਜਿਹੜੇ ਉੱਠੀ ਕੇ ਮੁਕਾਨ ਦੇ ਮਨ ਜ਼ਰੂਰੀ ਨਹੀਂ ਜੋ ਬੰਦਾ ਉੱਠ ਕੇ ਮਾਤਮ ਕਰੇ ਦਿਲ ਵਿੱਚ ਦਰਦ ਹੋਵੇ ਅੱਖ ਵਸਦੀ ਪਈ ਹੋਵੇ ਉਹ ਰਾਜ਼ੀ ਆਉਂਦੀ ਹੈ ਜਾਂਦੀਆਂ ਪਸਲੀਆਂ ਟੁੱਟੀਆਂ ਹੋਈਆਂ ਜਿਹੜੀ ਕਬਰ ਚ ਜ਼ਖਮੀ ਹੈ ਜਿਹੜੀ ਆਦੀ ਹੈ ਬਾਬਾ ਤੇਰੇ ਉਮਤੀ ਮਰੇ ਦੇ ਰਹਿ ਸਦਕਾ 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 ਅੱਛਾ ਮੰਗ ਮਾਸੂਮ ਉਹ ਕਹਿਦੀ ਫਿਰਾ ਮੈਂ ਥੱਕ ਪਈਆਂ ਮੈਂ ਕੋ ਬਾਬਾ ਮਿਲ ਦਾਦੇ ਮਾਸੂਮਾ ਮੈਂ ਜਾਣਦਾ ਏ ਮਾਮਾ ਤੇਰਾ ਪਿਉ ਹੀ ਮਾਂ ਮੈਂ ਸਰ ਬਾਬੇ ਕੂ ਜਿੱਥਾਂ ਬਾਬਾ ਉਹ ਸੀ ਮਿਲਣਾ ਸੀ ਇਹ ਗੱਲ ਸੁਣਿਆ ਸੁਨੈਣ ਬਾਈ ਬੜੀ ਦਰਦਾਂ ਵਾਲੀ ਬਾਤ ਹੈ ਜਿਹਨਾਂ ਕੋਲ ਸਮਝ ਆ ਗਈ ਇਮਾਮ ਦੀ ਧੀ ਆਈ ਇਮਾਮ ਦੀ ਭੈਣ ਜਾਣਦੀ ਤਾਈ ਲੇਕਿਨ ਆਦੀ ਹੈ ਸੱਜਾ ਤੂੰ ਅਕਦ ਇਮਾਮ ਇਹ ਜ਼ਿੰਦਾ ਨੇ ਦੀ ਉੱਚੀਆਂ ਦੀਵਾਰਾਂ ਕਦਾਂ ਉੱਚੀਆਂ ਨਾ ਹਵਾ ਲੱਗਦੀ ਹੈ ਨਾ ਕਈ ਚੀਜ਼ ਨਜ਼ਰ ਆਉਂਦੀ ਹੈ ਮੇਰਾ ਦਿਲ ਡਾਢਾ ਪਰੇਸ਼ਾਨ ਹੈ ਓਏ ਰਾਤ ਰੋਵਣ ਵਾਲਾ ਮਿਲਤ ਲਾ ਦੱਸਾ ਕਰਬਲਾ ਕਿਹੜੇ ਪਾਸੇ ਇਮਾਮ ਇਸ਼ਾਰਾ ਕੀਤਾ ਹੈ ਹੁਣ ਬੰਦੇ ਦੁਆ ਤਾਂ ਇੰਝ ਮੰਗਦੇ ਨਾ ਹੱਥ ਜਾ ਕੇ ਇੰਝ ਮੰਗਦੇ ਨਾ ਇਸ ਇਲਾਕੇ ਵਾਲੇ ਮਜਬੂਰੀ ਆਈ ਹੁਸੈਨ ਦੀ ਦੀਦੀ ਹੱਥ ਇੰਝ ਬੱਧੇ ਹੋਇਆ ਯਾਰ ਇੰਝ ਹੱਥਾਂ ਨੂੰ ਔਖਾ ਗੋਲ ਗਿਆ ਦੇ ਮੈਂ ਅੱਲਾ ਅੱਜ ਬਾਬਾ ਮਿਲਾ ਸਦਕਾ ਸਦਕਾ ਦੀ ਅਲੀ ਦੀ ਰਾਜ਼ੀ ਹੋ ਵੀ ਅਬਦੁੱਲਾ ਦਮਿਸ਼ਕੀ ਸਰੇ ਹੁਸੈਨ ਤੇ ਦੀ ਡਿਊਟੀ ਆਈ ਯਾਦੇ ਬੱਚੀ ਵੈਣ ਬੁਲੰਦ ਗੀਤ ਸ਼ਾਮ ਦੀਆਂ ਦੀਵਾਰਾਂ ਲੀਆਂ ਜਾਨਵਰਾਂ ਜਾ ਰਹੇ ਛੋੜੇ ਲਾਦੇ ਮੈਰੀ ਡਰੈ ਤਾਂ ਹੁਸੈਨ ਦੇ ਸਾਰਾ ਲਤਾਸ਼ਤ ਹਲਦਾ ਪਿਆ ਉੱਤੇ ਰੁਮਾਲ ਆਈ ਬੱਚਿਆ ਗਿਆ ਮੈਂ ਜ਼ਖਮੀ ਬਾਬਾ ਜ਼ਖਮੀ ਦੀ ਸਦੇ ਦੀ ਆਈ ਓ ਮੈਦਾ ਨੇਜ਼ ਤੇ ਕੁਰਾਨ ਪੜਨ ਵਾਲਾ ਬਾਬਾ ਗੋਲਾ ਨਾਲ ਭੱਜਣ ਵਾਲੀ ਦੀ ਸਦੇ ਦੀ ਆਈ ਆ ਅਬਦੁੱਲਾ ਦੇ ਮੈਂ ਦਿੱਤਾ ਬਾਈ ਜਾਨ ਸਰ ਤੁਰਮਾਲ ਹਟ ਗਈ ਹੈ ਸਰ ਪਰਵਾਹ ਸ਼ੁਰੂ ਕੀਤੀ ਹੈ ਛੱਤ ਨਾਲ ਵੰਜ ਲੱਗਾ ਹੈ ਛੱਤ ਫਟ ਗਈ ਹੈ ਅੱਖਾਂ ਗੁਲੀਆਂ ਜ਼ਿੰਦਾਨ ਦੋ ਮੂੰਹ ਕਰ ਗਿਆ ਦਿਲ ਜੀਓ ਮੇਰੀ ਤੱਸੀ ਸਕੀਨਾ ਪੁੱਛੋ ਕਿ ਦਿਲ ਪਈ ਲੱਗਦੀ ਹੈ ਕਿਆ ਬਾਤ ਹੈ ਉਹ ਬੰਦਾ ਕਿਉਂ ਆਇਆ ਜਾਂਦੀ ਹਾਏ ਨਹੀਂ ਨਿਕਲੀ ਜੀ ਉਹ ਮੇਰੀ ਜ਼ਖਮੀ ਸਕੀਨਾ ਸਰ ਬਾਈ ਜਾਨ ਪਰਵਾਸ ਕਰੇਂਦਾ ਹੋਇਆ ਜ਼ਿੰਦਾਨ ਦੇ ਉੱਤੇ ਆਇਆ ਹਸਨੈਨ ਸ਼ਰਾਜ਼ੀ ਮਰਵੰਜਾ ਤੀ ਹੈ ਗੁਰਬਤ ਹੁਸੈਨ ਦੀ ਨਾ ਪੜਾ ਅੱਧ ਰਾਤ ਦਾ ਵੇਲਾ ਹੈ ਸ਼ਬੀਰ ਦੀਆਂ ਅੱਖਾਂ ਵਸੀਆਂ ਹੱਕਲ ਮਾਰ ਕੇ ਆ ਦੇ ਜ਼ੈਨਬ ਅੱਧ ਰਾਤ ਤੇ ਮੇਰੀ ਧੀ ਕੋ ਕਹਿ ਰੋਏ ਵਾਹ ਬਾਈ ਵਾਹ ਵਾਹ ਬਾਈ ਵਾਹ ਵਾਹ ਬਾਈ ਵਾਹ ਬੀਬੀ ਆ ਦੇ ਤੇ ਦੁੱਖਾਂ ਕੋ ਪਈ ਰੋਂਦੀ ਹੈ ਨਾ ਪਰਦਾ ਜੋ ਜਿਵੇਂ ਸਰ ਮਿਲਾ ਕੈਦੀ ਜਾ ਕੇ ਟੁਰ ਰਹਿ ਖਾਣ ਗਿਆ ਦੇ ਮਾਜ਼ੂਮਾ ਬਾਬਾ ਮਿਲਣ ਆਈ ਜਿਵੇਂ ਸੁੱਤੀ ਹੋਈ ਆਈ ਸੁੱਤੀ ਹੋਈ ਆਈ ਅੱਖਾਂ ਬੰਦ ਹਨ ਇੱਕ ਇੱਕ ਕਈ ਕਈ ਨੀ ਸੱਜੇ ਡਿੱਠਾ ਖੱਬੇ ਡਿੱਠਾ ਸੈਦਾ ਦੇ ਆਸੇ ਪਾਸੇ ਨਵੇਂ ਮੇਰੇ ਹੱਥਾਂ ਦੋ ਦੇ ਹੱਥਾਂ ਦੇ ਸਾਡੇ ਤੇ ਸਾਡੀਆਂ
سجاد جے تائی بابا جی دریا بابا میں کسی نے تے سمیندا آئی اور سجاد منت لا میں کو بابے دا سر دے میں سینے تے رکھ دیاں کیوں معصوما اج یہ 3 سالاں دے اودا لاونے ال میں تھکا ہویا بابا پیاندا ہے میرا تسا بابا پیاندا ہے سر آیا معصوما دے سینے تے منظر کیڑا حسین دے سر دا سجے دی زلفا کھبے کھبے دیا سجے ابرو کٹی ہوئے ہونٹ کٹی ہوئے دندان مبارک شہید الا داڑھی تے اکبر دی چھاتی دا خون ہے کھبے پاسے اصغر دے گلے دا خون ہے تماچے دے نشان ہے نا جڑے ویلے پیو دی حالت جیے معصوما پیا دیے دھی رول گئی آئی ویچ سفران دے اس مت دا پا کنگینا سب چھوٹی قدر آیو آدے اہن وہ میرا بھول گیا اینا مسکینا میں کو مٹیا تے میں پڑھا چاہ مر گئی حسین دی تھی کفن ملی ہے بولو میرے نال غسل ملی ہے میت تیار ہوئے تے وی مزدور سامنے آئیاں کہہ دی کون مر گئی امام جی گل کیتی دے میں کہ دسا وا کون مر گئی سیدا دے جد رومن تو تنگ شامی ان او رومن وا علی مر گئی ہے اے جد رو ماتم کر صدقہ او تنگ شامی گلا پہ ہونا میت پہ ہلدا سجاد کن لاوے تو گل کیڑی بنی ہے رہی آدی ویر مواری کو منت گئی آزاری کو آکش مارن کبا رتنا آوے اے تت مرن دے با آدھ بھی ڈر گئی ہے آج یہ کیا دی آکش مارن کبا یہ پیپر دیا جوید عباس پاشا صاحب ہوں قلعہ تاخیر تھوڑے سامنے قبلہ کعبہ بحر المصیب سید نثار حیدر بخاری آف قلعہ ستار شاہ اور انہوں کے فوراً بعد عرفان خادم جعفری انہوں کے بعد فخر عباس خان بلوچ انہوں کے بعد مزمل عباس علی کھلانا انہوں کے بعد جعفر رضا گل